بسم الله الرحمن الرحيم. بسم الله الرحمن الرحيم. صلوات سارے صاحبان ملی کے بماد غلام کی دعوت پر ہو. اپنے آپ کو تھوڑا نہ سمجھو، کوشش کرو سارے مل کے بواز غلام صلوات پڑھو. نعرہ تکبیر، سارے بولو مل کے بولو نعرہ تکبیر، نعرہ رسالت، نعرہ رسالت، نعرہ حیدری. سالے بولو، ہاتھ چا کے بولو حیدری. حسینیت، حسینیت، یزیدیت، یزیدیت، اہل بیت دشمنان تے لعنت، دین اسلام دے منکران تے لعنت، دہشت گرداں تے لعنت. ایک سونی صلوات تلاوت فرمو. اعوذ باللہ من الشیطان الرجیم. بسم اللہ الرحمن الرحیم. صلوات رسول اللہ صلی اللہ علیہ وآلہ وسلم. بسم اللہ الرحمن الرحیم. الحسین باب من الابواب الجنہ صلوات. التماس سے دعا محمد والے محمد خالق اللہ اے پاک صفے عزا وچھایا اپنی پاک بارگاہ دے وچ قبول تے منظور فرما. آمین. سارے آکھو کوئی پتہ نہیں کہندی آمین، سائیوں نوں پسند آ جاوے.
ਮੈਂ ਅਕਸਰ ਦਰਾਨਾ ਜਿਹੜੀ ਦੁਆ ਹੱਜ ਤੇ ਕਬੂਲ ਨਾ ਹੋਵੇ ਉਹ ਮਜਲਿਸੇ ਹੁਸੈਨ ਵਿੱਚ ਕਬੂਲ ਹੁੰਦੀ। ਅਗਰ ਕੋਈ ਬੰਦਾ ਸਵਾਲ ਕਰੇ ਕਿ ਉਹ ਖਾਨਾ ਖੁਦਾ ਹੈ, ਅੱਲਾ ਦਾ ਘਰ ਹੈ, ਖਾਨਾ ਕਾਬਾ ਹੈ, ਬਹੁਤ ਬੜਾ ਮਕਾਮ ਹੈ, ਉੱਥਾਂ ਕਬੂਲ ਨਹੀਂ ਹੁੰਦੀ ਤੇ ਮਜਲਿਸ ਵਿੱਚ ਕਬੂਲ ਹੁੰਦੀ ਹੈ, ਤੇ ਸਵਾਲ ਕਰਨ ਵਾਲਾ ਬੰਦਾ ਇਹ ਗੱਲ ਆਪਣੇ ਜ਼ਿਹਨ ਵਿੱਚ ਰੱਖੇ ਕਿ ਹੱਜ ਬਚਾਵਣ ਵਾਲੇ ਦਾ ਨਾਮ ਹੁਸੈਨ। ਆਮੀਨ ਸਾਰੇ ਆਖੇ, ਕੋਈ ਪਤਾ ਨਹੀਂ ਕਹਿੰਦੀ ਆਮੀਨ ਸਾਈਆਂ ਨੂੰ ਪਸੰਦ ਆ ਜਾਵੇ। ਮੌਲਾ ਜਿਤਨੇ ਅਜ਼ਾਦਾਰ ਦੂਰ ਤੋਂ ਨਜ਼ਦੀਕ ਤੋਂ ਜੁੜ ਰਹੇ ਨੇ, ਇੱਕ ਇੱਕ ਕਦਮ ਦੇ ਬਦਲੇ ਜਜ਼ਾਏ ਕਸੀਰ ਅਤਾ ਫਰਮਾ। ਜਿਤਨੇ ਹੱਥ ਤੇਰੀ ਬਾਰਗਾਹ 'ਚ ਬੁਲੰਦ ਹਨ ਕਿਸੇ ਨੂੰ ਖਾਲੀ ਨਾ ਵਾਲਾ, ਜਿਹੜੇ ਬਿਮਾਰ ਨੂੰ ਸ਼ਿਫਾਏ ਕੁਲੀ ਅਤਾ ਫਰਮਾ। ਮੇਰੇ ਭਾਈ ਅਲਮਦਾਰ ਭਾਈ ਦੀ ਵਾਲਦਾ ਮੋਹਤਰਮਾ ਅਲੀਲਿਨ ਬੀਬੀ ਸੁਗਰਾ ਸਲਾਮੁਲ ਅਲੈਹਾ ਦੀ ਬਿਮਾਰੀ ਦਾ ਵਾਸਤਾ, ਉਹਨਾਂ ਨੂੰ ਸ਼ਿਫਾਏ ਕਾਮਿਲਾ ਅਜਲਾ ਅਤਾ ਫਰਮਾ। ਔਰ ਵੀ ਜਿਹੜੇ ਮੋਮਨ ਦੁੱਖ ਤਕਲੀਫ ਤੋਂ ਹਨ, ਮੌਲਾ ਸਾਰਿਆਂ ਮੋਮਨੀਨ ਦੀ ਦੁੱਖ ਤਕਲੀਫਾਂ ਦੂਰ ਫਰਮਾ। ਔਰ ਲੱਖਾਂ ਦੇ ਹੀਕੋ ਦੁਆ ਇਮਾਮ ਜ਼ਮਾਨਾ ਦਾ ਜਲਦ ਜ਼ਹੂਰ ਫਰਮਾ, ਜ਼ਿਆਰਤ ਇਮਾਮ ਜ਼ਮਾਨਾ ਤੋਂ ਮੁਸ਼ਰਫ ਫਰਮਾ। ਇੱਕ ਐਸੀ ਸਲਵਾਤ ਪੜ੍ਹੋ ਜੋ ਸਾਰੀਆਂ ਦੁਆਵਾਂ ਕਬੂਲ ਹੋ ਜਾਵਣ। ਅੱਲਾਹੁਮਾ ਸੱਲ ਅਲਾ ਮੁਹੰਮਦਿਨ ਵ ਆਲ ਮੁਹੰਮਦ। ਇਜਾਜ਼ਤ ਹੈ ਨੌਕਰੀ ਪਾ ਕੇ ਦਿੱਤੀ, ਬਿਆਨ ਸ਼ੁਰੂ ਕਰ ਦਿੱਤੇ। ਯਕੀਨਨ ਜਿਹੜੇ ਟੁਰ ਰਹੇ ਹੋ ਮੁਕਾਣ ਦੀ ਨੀਯਤ ਦੇ ਨਾਲ ਟੁਰ ਰਹੇ ਹੋ, ਇਸ ਇਲਾਕੇ ਦੇ ਸ਼ਰੀਫ ਅਜ਼ਾਦਾਰੋਂ, ਮੇਰਾ ਦਿਲ ਚਾਹੁੰਦਾ ਮੈਂ ਉਹਦੀ ਸ਼ਹਾਦਤ ਦੇ ਦੋ ਜੁਮਲੇ ਪੜ੍ਹਾਂ ਜਿਹਦੇ ਵਾਸਤੇ ਹੁਸੈਨ ਆਦਿ ਹਨ। ਮੈਨੂੰ ਵਿਹੜਾ ਚੰਗਾ ਨਹੀਂ ਲੱਗਦਾ ਜਿਸ ਵਿਹੜੇ 'ਚ ਮੈਨੂੰ ਸਕੀਨਾ ਨਜ਼ਰ ਨਾ ਆਵੇ। ਸਦਕੇ ਮਾਂ ਹੁਸੈਨ ਦੀ ਰਾਜ਼ੀ ਹੋਵੇ, ਜਿਹਨਾਂ ਨੂੰ ਸਮਝ ਆਈਏ ਬੇਵਸਾ ਹੈ ਨਿਕਲ ਆਈਏ, ਕੋਸ਼ਿਸ਼ ਕਰੀਏ ਕਿ ਗਾਂ ਸਵਾ ਜਾਵੇ, ਜ਼ਿੰਦਗੀ ਦਾ ਪਤਾ ਕੋਈ ਨਹੀਂ, ਹੰਝ ਸਾਡੇ ਵਾਸ ਵਿੱਚ ਕੋਈ ਨਹੀਂ। ਔਰ ਯਾਦ ਰੱਖੇ ਮੋਮਨ ਨੂੰ ਤਦਾਂ ਪਤਾ ਲੱਗ ਸੀ ਨਾ ਸਵਾ ਦੀ ਕੀਮਤ ਦਾ, ਜਦ ਨਬੀਆਂ ਦੇ ਕੋਲ ਵੀ ਇਹਨਾਂ ਦੀ ਕੀਮਤ ਨਾ ਹੋ ਸਕੀ। ਇਹਨਾਂ ਦਾ ਅਜਰ ਅਤਾ ਕਰਨਾ ਹੈ ਤੇ ਹੁਸੈਨ ਦੀ ਦੁੱਖੇ ਪਾਸੇ ਵਾਲੀ ਅੰਮਾ ਅਤਾ ਕਰਨਾ ਹੈ। ਤਾਂ ਹਾਏ ਸਾਰਿਆਂ ਦੇ ਵਾਸਤੇ ਚੇਜਨ ਦੇ ਕੰਨਾਂ ਤਾਈ ਮੇਰੀ ਆਵਾਜ਼ ਹੈ, ਮੈਂ ਸੈਯਦ ਹਾਂ, ਹੱਥ ਬੰਨ ਕੇ ਮਿੰਨਤ ਕਰਦਾ ਪਿਆ। ਬਾਹਰ ਕੋਈ ਗਲੀਏ 'ਚ ਖਲੋਤਾ, ਬੈਠ ਕਿਸ ਬੈਠੇ, ਜੇ 'ਚ ਕੋਈ ਅਜ਼ਾਦਾਰ ਖਲੋਤਾ ਜਾਂ ਬੈਠਾ ਹੈ ਜਿਹਦੇ ਕੰਨਾਂ ਤਾਈ ਮੇਰੀ ਆਵਾਜ਼ ਆ ਰਹੀ ਹੈ, ਉਹ ਵਹਿਣ ਸੁਣੇ ਤੇ ਹਾਏ ਜ਼ਰੂਰ ਕਰੇ। ਇਸ ਇਲਾਕੇ ਵਾਲਿਓ ਇਤਨੀ ਲੋਹਦੀ ਆਈ ਸਕੀਨਾ। ਸਦਕੇ ਸਦਕੇ ਮਾਂ ਹੁਸੈਨ ਦੀ ਰਾਜ਼ੀ ਹੋਵੇ। ਹਰ ਬੀਬੀ ਜਿਹੜਾ ਪੱਥਰ ਲੱਗਣ ਬਾਜ਼ਾਰੇ 'ਚ, ਹਰ ਬੀਬੀ ਜ਼ਖਮੀ ਆਈ, ਮਗਰ ਸਭ ਤੋਂ ਢੇਰ ਸਕੀਨਾ ਜ਼ਖਮੀ। ਵੱਡੇ ਜ਼ਾਕਿਰ ਕਬਲਾ ਭਾਈ ਜਾਨ, ਮੌਲਾ ਇਸ ਤੋਂ ਜ਼ਿਆਦਾ ਇੱਜ਼ਤ ਅਤਾ ਕਰੇ। ਤੁਸਾਂ ਸਾਰਾ ਮੁਲਕ ਤਕਰੀਬਨ ਰਹਿੰਦੇ ਹੋ, ਹਰ ਬੀਬੀ ਜ਼ਖਮੀ ਆਈ, ਮਗਰ ਸਭ ਤੋਂ ਢੇਰ ਸਕੀਨਾ ਜ਼ਖਮੀ ਆਈ। ਕਰੋ ਸਵਾਲ ਅਲੀ ਹਸਨ ਸ਼ਾਹ ਕਿਉਂ, ਤਵੱਜੋ ਮੇਰੇ ਵਾਲੇ ਪਾਸੇ, ਜੁਮਲਾ ਵੇਖਣ ਦੇ ਨਾਲ ਤਲਕ ਰੱਖਦਾ ਹੈ। ਗੱਲ 'ਚ ਆਈ ਦੋਰੀ ਰੱਸੀ, ਇੱਕ ਰੱਸੀ ਸਿੱਧੀ ਪੈਰਾਂ ਤੇ, ਜਿਤਨੇ ਅਜ਼ਾਦਾਰ ਬੈਠੇ ਹੋ ਤਵੱਜੋ ਮੇਰੇ ਵਾਲੇ ਪਾਸੇ ਹੋਵੇ, ਇੱਕ ਰੱਸੀ ਦੇ ਵਿੱਚ ਹੰਦ ਹੋਏ ਹੱਥ, ਲੈ ਆ ਕੁਰਾਨ ਤਾਂ ਮੇਰੇ ਸਰ ਤੇ ਰੱਖ, ਕਰਬਲਾ ਤੂੰ ਲੈ ਕੇ ਸ਼ਾਮ ਤਈ, ਸਕੀਨਾ ਦੀ ਗਰਦਲੀ ਥਰਈ। ਸਦਕੇ ਸਦਕੇ ਸਦਕੇ, ਹਰ ਬੀਬੀ ਜ਼ਖਮੀ ਹੈ, ਮਗਰ ਸਭ ਤੋਂ ਢੇਰ ਸਕੀਨਾ ਕਿਉਂ, ਸਦਕੇ ਮਾਂ ਹੁਸੈਨ ਦੀ ਰਾਜ਼ੀ ਹੋਵੇ। ਕੋਸ਼ਿਸ਼ ਕਰੇ ਕਿ ਕੰਮ ਸਵਾ ਜਾਵੇ, ਜ਼ਿੰਦਗੀ ਦਾ ਪਤਾ ਕੋਈ ਨਹੀਂ, ਹਰ ਬੀਬੀ ਸਿਰ ਝੁਕਾ ਕੇ ਪੱਥਰ ਝੱਲੇ, ਸਕੀਨਾ ਸਿਰ ਚਾਹ ਕੇ ਪੱਥਰ ਝੱਲੇ। ਔਰ ਇਤਨਾ ਰੋਂਦੀ ਆਈ ਮੇਰੀ ਸਹਿਣ, ਜੋ ਇੱਕ ਦਿਨ ਸਿਮਰ ਅੱਲਾ ਇਸ ਤੇ ਲਾਨਤ ਕਰੇ, ਇਹ ਆ ਕੇ ਆਦੇ ਸਜਾਦ ਤੇਰੀ ਭੈਣ ਬਹੁ ਰੋਂਦੀ ਏ, ਅਸੀਂ ਆਰਾਮ ਨਹੀਂ ਕਰ ਸਕਦੇ। ਹਾਏ ਗੁਰਬਤ, ਜਿਹੜਾ ਸ਼ੀਆ ਬੈਠਾ ਏ ਉਹ ਇੱਕ ਦਫ਼ਾ ਸੀਨੇ ਤੇ ਹੱਥ ਮਾਰ ਕੇ ਆਖੇ, ਹਾਏ ਗੁਰਬਤ, ਹਾਏ ਹੁਸੈਨ ਦੀ ਧੀ। ਆਦੇ ਮੈਂ ਇਸ਼ਾਰਾ ਕਰਨਾ ਏ, ਸਖ਼ਤ ਪੜ੍ਹਨ ਦਾ ਆਦੀ ਨਹੀਂ, ਨਾ ਮੈਂ ਸਖ਼ਤ ਰਿਵਾਇਤ ਦਾ ਕਦੀ ਸਹਾਰਾ ਲਿਆ ਏ, ਜਨ ਸਮਝ ਆ ਜਾਵੇ ਉਹ ਹਾਏ ਕਰ ਦੇਵੇ, ਅਗਰ ਦਿਲ ਦੁਖੇ ਤੇ ਸਹੀ ਨਾ ਮਾਫ ਕਰ ਦੇਵੇ। ਆਦੇ ਤੇਰੀ ਬਹਿਣ ਚੁੱਪ ਨਹੀਂ ਕਰਦੀ, ਉਸਨੂੰ ਚੁੱਪ ਕਰਾ, ਸਜਾਦਾ ਦਿਨ ਅਗਰ ਬਾਬੇ ਦਾ ਸਰ ਮਿਲੇ ਤੇ ਵੱਤ ਨਾ ਰੋਸੀ। ਕਰਨਾ ਮੈਂ ਇਸ਼ਾਰਾ, ਜਿਨ ਸਮਝ ਆ ਗਈ ਬੇਵਸ ਹਾਏ ਨਿਕਲ ਵੈਸੀ, ਜਿਸ ਟਾਈਮ ਦਾ ਪੜਦਾ ਖੜਾ ਮੈਂ ਕੁਝ ਮੰਗਿਆ ਨਹੀਂ, ਨਾ ਮਿੰਨਤ ਕੀਤੀ ਹੈ ਨਾ ਤਰਲਾ ਕੀਤਾ, ਹੁਣ ਮਿੰਨਤ ਕਰਨਾ ਪਿਆ। ਜਿਹੜੇ ਅਜ਼ਾਦਾਰ ਨੂੰ ਸਮਝ ਆ ਜਾਵੇ ਉਹ ਕਮ ਅਜ਼ ਕਮ ਹਾਏ ਕਰ ਦੇਵੇ। ਜਿਹੜੇ ਆਖਿਆ ਨਾ ਸਜਾਦ ਵਾਅਦਾ ਕਰ ਜੋ ਨਾ ਰੋਸੀ,
ਜਿਹੜਾ ਵਾਅਦਾ ਕਰ ਜੋ ਨਾ ਇਸ਼ਾਰਾ ਕਰਨਾ ਹੈ ਵੱਤ ਵਾਦਾ ਪਿਆ ਮੈਂ ਸਖਤ ਨਹੀਂ ਪੜਨਾ ਸਿਰਫ ਇਸ਼ਾਰਾ ਕਰਨਾ ਹੈ ਸਜਾਦ ਵਾਅਦਾ ਕਰ ਵੱਤ ਨਾ ਰੋਸੀ ਸਜਾਦ ਠੰਡਾ ਸਾ ਭਰ ਗਿਆ ਦਿਨ ਮੈਂ ਵਾਅਦਾ ਕਰਨਾ ਨਾ ਹੋਸੀ ਸਦਕੇ ਅੱਲਾਹ ਜਮਾਤਨ ਕਬੂਲ ਫਰਮਾਵੇ ਇਬਤਦਾਈ ਮਜਲਸੇ ਮਾਂ ਹੁਸੈਨ ਦੀ ਰਾਜ਼ੀ ਹੋਵੇ ਨਾ ਹੋਸੀ ਨਾ ਰੋਸੀ ਸਦਕੇ ਸਦਕੇ ਬਜ਼ੁਰਗੋ ਤੁਹਾਡੀਆਂ ਦੁਆਵਾਂ ਦੱਸ ਸਰੇ ਕਿ ਬਲਾ ਮੈਂ ਵਾਅਦਾ ਕਰਨਾ ਸਦਕੇ ਸਦਕੇ ਅੱਲਾਹ ਤੁਹਾਡੀ ਹਾਏ ਕਬੂਲ ਫਰਮਾਵੇ ਮੈਂ ਵਾਅਦਾ ਪਿਆ ਕਰੇ ਨਾ ਨਾ ਹੋਸੀ ਨਾ ਰੋਸੀ ਸ਼ਰੀਫ ਅਦਾਰੋ ਇਸ ਕਮੀਨੇ ਉੱਥੋਂ ਨਾ ਪਿਆ ਜਿੱਥਾ ਮਾਂ ਹੌਲੇ ਕੰਨੀਆਂ ਦੇਂਦੀ ਇਤਨਾ ਪਿਆਰਾ ਹੈ ਇਨਾ ਹੁਸੈਨ ਮਾਂ ਨੂੰ ਜੋ ਕੰਗੀ ਦੇ ਦੌਰਾਨ ਅਗਰ ਕੋਈ ਵਾਲ ਤਰੁੱਟੇ ਹਾ ਤੇ ਮਾਂ ਨੂੰ ਤਰੇ ਤਰੇ ਦਿਨ ਖਾਣੇ ਚੰਗੇ ਨਾ ਲੱਗਦੇ ਔਰ ਹੁਸੈਨ ਦੇ ਬਦਨ ਤੇ ਬਾਰਿਸ਼ ਦੀ ਕਣੀ ਨਾ ਸਾਂਦੇ ਨਾ ਮੌਲਾ ਅਮੀਰ ਅਲੈਹਿਸ ਸਲਾਮ ਨਾ ਬੀਬੀ ਜ਼ਹਰਾ ਸਲਾਮੁਲਲਾਹ ਅਲੈਹਾ ਬਾਰਿਸ਼ ਦੀ ਕਣੀ ਬਰਦਾਸ਼ਤ ਨਾ ਕਰਦੇ ਅਗਰ ਬਾਰਿਸ਼ ਆ ਗਈ ਹੁਸੈਨ ਅੰਦਰ ਆ ਜਾ ਇਤਨਾ ਪਿਆਰਾ ਹੈ ਹੁਸੈਨ ਇਸ ਉੱਥੋਂ ਨਾ ਪਿਆ ਜਿੱਥੇ ਮਾਂ ਹੌਲੇ ਕੰਗੀਆਂ ਦੇਂਦੀ ਹੈ ਅਸ ਮੁਕਾਮਾ ਜ਼ਦਾਰੋ ਹੁਸੈਨ ਦਾ ਸਰ ਚਾਏ ਸਰਕਾਰੀ ਸਜਾਦ ਜ਼ਿੰਦਾਨ ਦੇ ਦਰਵਾਜ਼ੇ ਤੇ ਖਲੋਤੇ ਹਨ ਸਜਾਦ ਦੇ ਹੱਥਾਂ ਤੇ ਆ ਕੇ ਰੱਖੇ ਅਦੇ ਸਜਾਦ ਸਰ ਆ ਰਿਹਾ ਤੇਰੀ ਬਹਿਣ ਵਾਸਤੇ ਸਕੀਨਾ ਤੋਂ ਇਲਾਵਾ ਕੋਈ ਮਜ਼ਦੂਰ ਹੁਸੈਨ ਦੇ ਸਰ ਨੂੰ ਹੱਥ ਨਾ ਲਾਵੇ ਨਾ ਬਹਿਣਾ ਚੁ ਕਿਸੇ ਨੂੰ ਇਜਾਜ਼ਤ ਹੈ ਹਾਏ ਗੁਰਬਤ ਸਿਰਫ ਸਕੀਨਾ ਹੱਥ ਲਾਵੇ ਸਕੀਨਾ ਤੋਂ ਇਲਾਵਾ ਕੋਈ ਹੱਥ ਨਾ ਲਾਵੇ ਇਸ ਨੂੰ ਠੀਕ ਕਰੋ ਭਾਈ ਜਾਨ ਸਕੀਨਾ ਤੋਂ ਇਲਾਵਾ ਮੇਰੇ ਤੋਂ ਬਾਅਦ ਠੀਕ ਕਰ ਦੇਵੇ ਸਰ ਜਾਓ ਅਜ਼ਾਦਾਰਾ ਜਿਹੜੇ ਮੁਕਾਣ ਦੀ ਨੀਅਤ ਜਿਹੜਾ ਮੋਮਨ ਦੀ ਹੰਝ ਆਉਂਦੀ ਹੈ ਜਾਂ ਹਾਏ ਨਿਕਲਦੀ ਹੈ ਸੈਯਦਾਂ ਮਿੰਬਰ ਤੇ ਖੜਾ ਦਿੱਲੀ ਚੋਂ ਦੁਆ ਨਿਕਲਦੀ ਹੈ ਜੋ ਮੁਕਾਣ ਦੀ ਨੀਅਤ ਦੇ ਨਾਲ ਹਾਜ਼ਰ ਹਨ ਤੇ ਕਮ ਅਜ਼ ਕਮ ਹਾਏ ਕਰ ਦੇਵੇ ਜਿਹੜਾ ਮੁੱਦਤ ਦੇ ਬਾਅਦ ਸਜਾਦ ਦੇ ਹੱਥਾਂ ਤੇ ਬਾਬੇ ਦਾ ਸਰ ਆਇਆ ਹੈ ਨਾ ਤੇ ਕਮੀਨਾ ਤੇ ਸਕੀਨਾ ਤੋਂ ਇਲਾਵਾ ਹੱਥ ਕੋਈ ਨਾ ਲਾਵੇ ਹੁਣ ਹਾਲਤ ਕਿਹੜੀ ਹੈ ਸਰ ਦੀ ਸੱਜੇ ਦੀਆਂ ਜ਼ੁਲਫਾਂ ਖੱਬੇ ਖੱਬੇ ਦੀਆਂ ਜ਼ੁਲਫਾਂ ਸੱਜੇ ਜਿਹੜਾ ਜਬਰੀਲ ਦੇ ਪਰਾਂ ਤੇ ਸਮਦਾ ਹੈ ਬੋਲੋ ਨਾ ਮੇਰੇ ਨਾਲ ਆਬਰੂ ਕੱਟੇ ਹੋਏ ਲੱਬ ਮੁਬਾਰਕ ਕੱਟੇ ਹੋਏ ਨੱਕ ਮੁਬਾਰਕ ਜ਼ਖਮੀ ਹੈ ਅੱਖਾਂ ਇਚ ਤੀਰ ਦਾ ਜ਼ਖਮ ਹੈ ਪੇਸ਼ਾਨੀ ਇਚ ਤੀਰ ਦਾ ਜ਼ਖਮ ਹੈ ਔਰ ਦਾੜੀ ਦੇ ਵਿੱਚ ਜਿਨ ਸਮਝ ਆਈ ਹਾਏ ਨਿਕਲਾ ਸੀ ਦਾੜੀ ਦੇ ਵਿੱਚ ਅਕਬਰ ਦੀ ਰਾਤ ਕਰਬਲਾ ਦੀ ਰੇਤ ਅੱਛਾ ਜਿਹੜਾ ਮਿਲਣ ਵੈਂਦਾ ਪਿਆ ਉਹਦੀਆਂ ਰਗਾਂ ਚ ਰਾਤ ਸਦਕੇ ਜਿਹੜਾ ਮਿਲਣ ਵਹਿੰਦਾ ਪਿਆ ਏ ਉਹਦੀਆਂ ਰੱਗਾਂ ਚ ਰਾਤੇ ਜਿਹੜਾ ਮਿਲਾਵਣ ਵਾਸਤੇ ਵਹਿੰਦਾ ਪਿਆ ਏ ਉਹਦੀਆਂ ਅੱਖਾਂ ਚ ਰਾਤੇ ਕਿਤਨੀ ਹਾਏ ਕਰੋ ਤੇ ਸੱਤਰ ਦਾ ਹੱਕ ਅਦਾ ਹੋਵੇ ਜਿਨ ਮਿਲਣ ਪਿਆ ਵਹਿੰਦਾ ਹੈ ਉਹਦੀਆਂ ਕੰਨਾਂ ਚ ਰਾਤੇ ਸਦਕੇ ਜਿਨ ਮਿਲਣ ਪਿਆ ਵਹਿੰਦਾ ਉਹਦੀਆਂ ਕੰਨਾਂ ਚ ਰਾਤੇ ਜਿਹੜਾ ਬਾਬੇ ਦਾ ਸਰ ਆਇਆ ਨਾ ਸਜਾਦ ਦੇ ਸਾਹਮਣੇ ਤੇ ਮੁੱਦਤ ਦੇ ਬਾਅਦ ਜਿਹੜਾ ਬਾਬੇ ਦਾ ਸਰ ਡਿੱਠੇ ਤੇ ਹੁਣ ਸੈਯਦ ਰੋਣੇ ਰਾਤ ਵਧੀਏ ਫਰਮੈਂਦੇ ਨੇ ਅੱਖ ਖੋਲ ਤੇ ਮੈਨੂੰ ਜਵਾਬ ਦੇ ਅਕਬਰ ਦਾ ਬਾਬਾ ਤੂੰ ਹੈ ਸਦਕੇ ਸਦਕੇ ਅੱਖ ਖੋਲ ਤੇ ਜਵਾਬ ਦੇ ਅਕਬਰ ਦਾ ਬਾਬਾ ਤੂੰ ਹੈ ਇਸ ਇਲਾਕੇ ਦੇ ਗਯੂਰ ਅਜ਼ਾਦਾਰਾ ਕਰੋ ਸਵਾਲ ਅਲੀ ਹਸਨ ਸ਼ਾਹ ਜਵਾਬ ਮਿਲੇ ਜਾਂ ਕੋਈ ਨਾ ਜਿਹੜਾ ਅੱਖ ਹੈ ਨਾ ਅਕਬਰ ਦਾ ਬਾਬਾ ਤੂੰ ਹੈ ਉਹਨੂੰ ਸਜਾਦ ਨੇ ਬਾਬੇ ਦਾ ਸਰ ਸਾਹਮਣੇ ਕੀਤੇ ਤੇ ਪਹਿਲਾ ਵੈਣ ਕੀਤੇ ਸਜਾਦ ਆਦਾ ਬਾਬਾ ਮੈਂ ਬੁੱਢੜਾ ਹੋ ਗਈਆਂ ਜਵਾਨਾ ਮਾਤਮਿਓ ਮੈਨ ਮਿੰਬਰ ਦੀ ਕਸਮੇ ਹੁਸੈਨ ਦੀਆਂ ਅੱਖਾਂ ਖੁੱਲੀਆਂ ਹੈਰਾਨ ਹੋ ਗਿਆ ਦਿਨ ਸਜਾਦ ਤੇਰੀ ਕਮਰ ਝੁਕ ਗਈ ਏ ਦਾੜੇ ਚਿੱਟੀ ਹੋ ਗਈ ਏ ਆਦੇ ਬਾਬਾ ਦਾ ਮੁਹਰਮ ਦਾ ਦਿਨ ਨਹੀਂ ਕਰਬਲਾ ਦਾ ਮੈਦਾਨ ਨਹੀਂ ਤੁਹਾਡੀ ਦਾੜੀ ਚਿੱਟੀ ਹੋ ਗਈ ਸੈਯਦ ਆਦੇ ਕਿਵੇਂ ਨਾ ਹੋਵੇ ਆ ਮੈਂ ਅਕਬਰ ਦੇ ਸੀਨੇ ਚ ਫਲ ਬਰਛੀ ਦਾ ਕੱਢਿਆ ਆਦੇ ਬਾਬਾ ਇਨਸਾਫ ਕਰ ਤੁਸਾਂ ਫਲ ਬਰਛੀ ਦਾ ਕੱਢਿਆ ਡਿੱਠੀ ਮਾਂ ਟੁਰਦੀ ਵੇ ਗੈਰ ਤਵੇ ਚ ਮੇਰੀ ਅੱਖੀਆਂ ਰੰਗ ਬਦਲਾਏ ਡਿੱਠੇ ਨੱਚਦੇ ਕਾਤਿਲ ਸਦਕੇ 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 ਮਾਂ ਹੁਸੈਨ ਦੀ ਰਾਜ਼ੀ ਹੋਵੇ ਅੱਲਾਹ ਤੁਹਾਡਾ ਮਾਤਮ ਕਬੂਲ ਫਰਮਾਵੇ ਇਨਸ਼ਾਅੱਲਾ ਇੱਕ ਕਦਮ ਦੇ ਬਦਲੇ ਜਜ਼ਾਏ ਕਸੀਰ ਅਤਾ ਫਰਮਾਵੇ ਉਹ ਜਵਾਨਾਂ ਅਜ਼ਾਦਾਰਾਂ ਜਿੰਨਾ ਹਾਏ ਕਰਕੇ ਰੋਣੇ ਜਿੰਨਾ ਵੈਣ ਕਰਕੇ ਰੋਣੇ ਸਰ ਚਾਓ ਮੈਂ ਮੋਹਰਾ ਲਵੈਣ ਕਰਨਾ ਚਾਹਨਾ ਜਿਹੜਾ ਸਕੀਨਾ ਦੀ ਨਜ਼ਰ ਪਈਏ ਹੱਕਲ ਮਾਰ ਕੇ ਆਦੀ ਅੰਮਾ ਛੋੜ ਮੇਰੇ ਬਿਰਾ ਦੀ ਰਾਤ ਵੱਧ ਪਈਏ ਬੀਬੀ ਭਜਦੀ ਵੀ ਆਈਏ ਰੋਂਦੀ ਵੀ ਆਈਏ ਆਦੀ ਸਜਾਦ ਦੱਸਣਾ ਮੇਰੀ ਮੁਲਾਕਾਤ ਤੇ
کون آیا ہے سیدہ تے ضرور دسنا مگر وعدہ کر جو صبر کرے سے ادے ایو جے صبر کرے سا قیامت تائی لوگ میرا صبر یاد کر کے روند رسنا او جوانو جنہ ماتم کرنا ہے تھوڑی دیر دے واسطے اپنے ذہن اپنے گھر وچ لے جاؤ اللہ نہ کرے تیری دھی دی جھولیے تیرا کٹیا ہویا سارا جاوے جڑا سکینہ دی جھولیے چ بابے دا کٹیا ہویا سارا اے منہ تے ماتم کر کے آدھی دھی رول گئی ہے ویچ جنگلاں دے عصمت دا پا نگینا سب چھوٹی قیدن آئے آتے ہیں میں دب بھول گئے نام سکینہ دھی رول گئی ہے صدقے صدقے ماں حسین دی راضی ہوے ایک منزل بتاؤ میں بھائی جان دے حوالے میں مر کرے دا پیا چلا دھیان دے پر دیو من جڑے بزرگ بیٹھے ہو شالا جوانیاں مانو جڑے جوان بیٹھے ہو دو وین کرنے بھائی جان دے حوالے ممبر کرے نہ بیاں زیادہ دیر حلل نہ پاواں سر چاو میں مہر والا وین کرنا جانا سکینہ نے ترے وین کیتے پہلا وین کر کے آدھیے بابا تیرے بال سن بہ ماریا نے دوسرا وین کر گیا دیے بابا تیرے لان دی دے رہی ساڑیاں چادرا لٹیاں نے اے سلا کیا لے ہوں تیسرا ہی ہو جا وین کی تے علی دیا دھیاں دے متھے دیوارا تے آ لگے تری جا وین کر گیا دیے بابا او وے کھنوہ بیٹھیاں نی بابا او دھیاں بیٹھیاں نی بابا او بھیڑا بیٹھیاں نی آکل مار گیا دیے بابا میرے آلے پاسے وے ایک میں بڑڑی ہو گئیاں آوازاں دے میریاں ہڈیاں پانی پانی صدقے صدقے کوشش کریں بتا قبر علی رات سوکھی ہوندی ہوگی جیت کوئی بیٹھے جدے کنا تائیں آواز آ رہی ہے ہائے کریم بتا قبر علی رات سوکھی ہوندی ہوگی او جوانو جتنے عزادار بیٹھے ہو ایک وین دے طالب دعا وینا دی آواز رو گئی ہے سکینہ دا روح پرواز کر گئی ہے سجاد دی رات واج پئی ہے سمرتا نہ دے گیا تے سجاد بہن چوب کر گئی ہے بابے دس ہار میں واپس کر دے اور جوانوں میں ممبر دی قسم ہے سجاد ایک قدم چیندر وقت مٹی تے جھن پوندا ہے اٹھدا تے جھندا جڑا بہن دے کول آئے جڑا بابے دا سر جائے سر کلا نہیں آیا سکینہ دی لاش نہ لائیے ہولے ہولے آواز آئیے نا نکھیڑ میں نال پئی وینیا صدقے صدقے آواز آندے بابے دے بغیر میں نیندر نہیں آندی میں مٹیاں تے نیندر نہیں آندی میں بابے دا سینہ نہیں لبدا سجاد بابے دا سر چاہے شمر دے کول آئے نا جڑا شمر دے ہتھاں تے رکھیا اے کمینہ بکواس کر گیا تے سجاد تیری رات کیوں ود پئی اے سیدہ دے کنڈ کر کمینہ جڑی منہ دے نال میرے پیراں چوں کنڈے کڈ دی آئی او بہن مر گئی اے اے کمینہ دے رات نہ رو جے کوئی قیدی زندہ وچ مر جاوے تے کفر یزید دیندا اے یزید کفن دا نام اے سکینہ دا میت ہلے ہولے ہولے آواز آئیے مینوں کفن دی کوئی ہائے لوڑ نہیں میرا قیدی ویر سجا دے جے پھر سنگ دائیں لشامیاں تو میرے لچھے ہوئے دورا منگوا دے رو رو کے آدھیے نالے جولے میرے مدہ قبر علی راز سو کیوں دیو بھی آخری میں اٹھے طالب دعا میں بھائی جان دے حوالے میں مر کریں دا پیاں اللہ نہ کریں گلی بزار اچھ اللہ نہ کریں تھا گلی بزار اچھ محلے اچھ کسے بھیرا دی بہن مر جاوے میں جوان منا لگوئی نہ ہوئے کلا بھیرا بہن دا جنازہ چاک باہر آ جاوے تیرا دشمن بھی ہویا تو بگڑی لا چھڑے سے اگزے پچھے اٹ جا کوئی ایڈا غریب ہوں دے جڑا بہن دا جنازہ چاہی وطا ہوئے اے جوانو ممبر دی قسم اے شامی نچ دے ودے ہائے نا ایک بڑڑا بھیرا اے جڑا بہن دا جنازہ چاہی آن دے تائیں تیا دا پیاں چاہیا میت سجا دی مسوما دا انجے لکھیا ہے علماء ماں پیاں گھاس رسیاں دے بارکت محمد وعلى بيت محمد ولن تريد